पंजाब नशा मुक्त होना चाहिए था। किदा होगा पंजाब नशा मुक्त? किदा होगा? मैनू की पता सरकार च तां तुसीं हो। सरकार च मैं हाँ, मेरी ही पार्टी ने यार एक नशे दे विच चलान किया, ईडी किया ना, उन्हें टिकट देती। मैं तो बेनती चिट्ठी लिखी है सोनिया जी नूं कि सुखपाल सिंह खैरा जद तई तां सीगा मनी लॉन्डरिंग च, वो मेरे नाल जो कीती आ मैं उन्हां बंदिआं चों नहीं कि एवीं बंदे दे उल्ट भौंकी जावां। मैं नहीं कदे इदां दा कम करदा, इहने कसर कोई नहीं छड्डी तुहानूं पता। ते जे इह आया पार्टी च मैं विरोध नहीं कीता, ते जे मैं विरोध नहीं कीता इहदा ते मैं समझदा चलो आ गया पार्टी नूं लोड सी। हुण उहदे बाद मनी लॉन्डरिंग दा केस आ गया, मैं एक बयान नहीं दिता कि ठीक होया जी, चंगा होया जी। हालांकि यह मेरे उल्ट ईडी दे बाहर धरना लाया। अच्छा। हालांकि इहनूं पता कि ईडी धरने धुरने नूं कुछ नहीं मानदी। हाँ। कि इहदी जांच करो, यह करप्शन हो गई, मनी लॉन्डरिंग हो गई। हाँ। है जी, मेरे बेटे नूं समन किया ईडी ने 2017 च। अच्छा। उन्होंने पूरा उन्हें तो जो जो ये एलीगेशन सी या जो अखबारों से इन्हें छप छुपाया या अखबारों वाले ने छापिया, वो सारे का सारा उन्होंने तो क्या भी तेन तू इन्होंने ना गलों के क्वेश्चनर बनाया कि सानू तू जवाब लिया के दे। उन्होंने डेट दिती, ही वेंट विदाउट ए लॉयर विदाउट ए सी ए इंद्र प्रताप, इन्हें जाके कली कली गल समझाई आ तुसी पुछदे हो आ कागज आ पुछदे हो इहदा आ आंसर। ते उहदे बाद उहनां ने सानूं सद्दे ही नहीं। दैट मीनस दे वर सैटिस्फाइड। चार साल हो गए तां जी ने उड़ा दिंदी सी ईडी। मैं ईडी दी देखो लोग मैनूं माड़ा कहणगे, ईडी दी तारीफ करदा कि मनी लॉन्डरिंग एक अलहदा सब्जेक्ट आ, पैसे 2014 ਤੋਂ ਬਾਅਦ ਤੁਸੀਂ ਇਕੱਲੇ ਲੀਡਰ ਹੀ ਹੋ ਜਿਹੜੇ ਸੈਂਟਰਲ ਏਜੰਸੀਆਂ ਦੀ ਤਾਰੀਫ ਕਰ ਰਹੇ ਹੋ। ਮੈਂ ਨਹੀਂ, ਸਾਰੀਆਂ ਵਿਰੋਧੀ ਧਿਰਾਂ ਕਹਿ ਰਹੀਆਂ ਇਹ ਤਾਂ ਟੂਲ ਆ ਕਹਿੰਦੇ। ਮੈਂ ਤਾਂ ਸੁਖਪਾਲ ਵਾਲੇ ਕੇਸ ਦੇ ਵਿੱਚ ਈਡੀ ਦੀ ਵੈਸੇ ਜਨਰਲ ਨਹੀਂ ਮੈਂ ਤਾਰੀਫ ਕਰ ਰਿਹਾ, ਸੁਖਪਾਲ ਵਾਲੇ ਕੇਸ ਦੇ ਵਿੱਚ ਕਹਿ ਰਿਹਾ ਕਿ ਮਨੀ ਲਾਂਡਰਿੰਗ ਤਾਂ ਹੀ ਮੈਂ ਨਹੀਂ ਬੋਲਿਆ। ਈਡੀ ਨੇ ਜਦੋਂ ਕਿਹਾ ਕਿ ਵੀ ਇਹ ਡਰੱਗ ਦਾ ਮਨੀ ਆ, ਫਿਰ ਮੇਰਾ ਬੋਲਣਾ ਬਣਦਾ, ਕਿਉਂ ਮੇਰੀ ਪਾਰਟੀ ਗੁਟਕੇ ਦੀ ਹੱਥ 'ਤੇ ਰੱਖ ਕੇ ਸਹੁੰ ਖਾਧੀ ਹੋਵੇ ਕਿ ਮੈਂ ਨਸ਼ਾ ਮੁਕਤ ਕਰੂੰ ਪੰਜਾਬ। ਮੇਰਾ ਮੁੱਖ ਮੰਤਰੀ ਸੀ, ਮੇਰਾ ਪ੍ਰਧਾਨ ਸੀ, ਉਹਨੇ ਕੀਤੀ ਔਰ ਅਸੀਂ ਗੱਲਾਂ ਕੀਤੀਆਂ, ਅਸੀਂ ਇੰਡੋਰਸ ਕੀਤਾ, ਮੈਨੀਫੈਸਟੋ ਲਿਖਿਆ। ਗੁਆਂਢ 'ਚ ਹੀ ਕਰਕੇ ਆਏ ਸੀ ਤੁਸੀਂ, ਉਹ ਸਹੁੰ ਖਾਧੀ ਸੀ ਉੱਥੇ। ਹੈਂਜੀ, ਮੁਕਤਸਰ ਨਹੀਂ, ਗਿੱਲ ਪੱਤੀ ਪਿੰਡ ਆ। ਅੱਛਾ, ਬਠਿੰਡੇ ਦੇ ਨਾਲ, ਬਠਿੰਡੇ ਦੇ ਨਾਲ ਮੇਰਾ ਪਿੰਡ ਸੀ ਵੀ ਉੱਥੇ। ਕੀ ਬਾਤ ਹੈ ਬਾਈ ਜੀ, ਫਿਰ ਤੁਹਾਡੇ ਪਿੰਡਾਂ ਲਈ ਅਸੀਂ ਗਏ ਸੀ ਸਹੁੰ ਖਾਣ, ਤੇ ਸਾਹਮਣੇ ਗੁਰਦੁਆਰਾ ਸਾਹਿਬ ਸੀ ਸਾਡੇ। ਤੇ ਫਿਰ ਯਾਰ ਇੱਕ ਮਿੰਟ ਦੇਖੋ, ਨਸ਼ਾ ਮੁਕਤ ਪੰਜਾਬ ਦੋ ਤਿੰਨ ਚੀਜ਼ਾਂ ਉਹਦੇ ਬਾਅਦ ਚ ਆਉਣਾ। ਤੇ ਜਦੋਂ ਬੰਦਾ ਇੱਕ ਲੀਡਰ ਨਸ਼ੇ ਦੇ ਵਿੱਚ ਜਾਂ ਨਸ਼ੇ ਦਾ ਪੈਸਾ ਲੈ ਰਿਹਾ ਹੋਵੇ, ਕਿੱਡੋ ਵੱਡੀ ਲਾਹਨਤ ਹੈ ਕਿ ਉਹਦਾ ਸੋਸ਼ਲ ਬਾਈਕਾਟ ਨਹੀਂ ਹੋਣਾ ਚਾਹੀਦਾ, ਕਿ ਪਾਰਟੀ ਨੂੰ ਵਿਡਰੋ ਟਿਕਟ ਨਹੀਂ ਕਰਨੀ ਚਾਹੀਦੀ ਉਹਦੇ। ਇਹ ਨਹੀਂ ਕਿ ਉਹ ਤੋਂ ਵਿਡਰੋ ਕਰੋ ਤਾਂ ਉਹਦੇ ਮੁੰਡੇ ਨੂੰ ਦੇ ਦਿਓ। ਯਾਰ ਉਹ ਮੁੰਡਾ ਤਾਂ ਉਹਦਾ ਇਹੋ ਜਿਹੇ ਪਰਿਵਾਰ ਨੂੰ ਬਿਲਕੁਲ ਸਾਈਡ 'ਤੇ ਕਰੋ, ਇਹੋ ਜਿਹੇ ਪਰਿਵਾਰ ਜਿਨ੍ਹਾਂ ਨੇ ਨੁਕਸਾਨ ਅੱਜ ਦਾ ਨਹੀਂ, ਆਹ ਸਾਡੇ ਕਚਹਿਰੀਆਂ ਚਲ ਜਾਓ, ਕਪੂਰਥਲੇ ਸਾਹਮਣੇ ਆ, ਇੱਥੇ ਇਹਨਾਂ ਦੇ ਪਿਤਾ ਜੀ ਨੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਸੀ। ਯਾਰ 20,000 ਨੌਜਵਾਨ, 25,000 ਮਰਿਆ, ਲੋਕ ਘਰੋਂ ਬੇਘਰ ਹੋਏ। ਹਾਂਜੀ, ਇਹ ਇਹ ਉਹਨਾਂ ਦੀ ਦੇਣ ਆ, ਉਹ ਵੀ ਹਿੱਸਾ ਸੀਗੇ। ਔਰ ਇਹ ਜਨਾਬ ਵੀ ਆਮ ਆਦਮੀ ਪਾਰਟੀ 'ਚ ਹੁੰਦੇ ਹੋਏ ਗਰਮ ਧੜੇ ਦੀਆਂ ਗੱਲਾਂ ਕਰਦੇ ਸੀ, ਖੁਦ ਮੁਖਤਿਆਰੀ ਅਤੇ ਖਾਲਿਸਤਾਨ, ਸ਼ੋਰਟ ਆਫ ਖਾਲਿਸਤਾਨ। ਅਤੇ ਅੱਜ ਡਰੱਗ 'ਚ ਜੇ ਫਸੇ ਆ ਤਾਂ ਯਾਰ ਇਹਨਾਂ ਨੂੰ ਆਪਣੇ ਗੁਨਾਹ ਬਖਸ਼ਾਉਣੇ ਚਾਹੀਦੇ ਆ। ਜਿੱਥੇ ਹੁਣ ਬੈਠੇ ਆ, ਕਿਰਪਾ ਸਰਕਾਰ ਦੀ ਹੋਈ ਆ, ਜੇਲ੍ਹ 'ਚ ਹੈਗੇ, ਅਤੇ ਉੱਥੇ ਰੱਬ ਦਾ ਨਾਂ ਜਪਣ ਚਾਹੀਦਾ ਹੈ। ਮੇਰਾ ਤਾਂ, ਮੈਂ ਤਾਂ ਇਹ ਮੰਨਦਾ। ਪਰ ਉਹਨਾਂ ਦੀ ਲੇਟੈਸਟ ਸਟੇਟਮੈਂਟ ਆਈ ਆ, ਚਲੋ ਮੈਂ ਤਾਂ ਤਾਂ ਨਹੀਂ ਕਮੈਂਟ ਕਰਦਾ ਨਾ, ਕਿਉਂਕਿ ਹੁਣ ਜੇ ਕੱਲ੍ਹ ਨੂੰ ਕੋਈ ਤੁਹਾਡੇ ਬਾਰੇ ਵੀ ਕਹੇ
ਮਤਲਬ ਉਹਨੂੰ ਅਸੀਂ ਤਸਦੀਕ ਨਹੀਂ ਕਰ ਸਕਦੇ, ਇਹ ਤਾਂ ਓਬਵੀਅਸ ਆ ਕਿ ਚਲੋ ਕਾਨੂੰਨ ਨਹੀਂ ਕਰਦੇ, ਈਡੀ ਨੂੰ ਤਾਂ ਕਰਦੇ ਹੋ ਨਾ, ਈਡੀ ਨੇ ਚਲਾਨ ਪੇਸ਼ ਕੀਤਾ ਕੋਰਟ 'ਚ। ਮੈਂ ਨਾ ਅੱਜ ਮੈਨੂੰ ਕਰਨ ਬਾਈ ਨੇ ਭੇਜੀ ਇੱਕ ਉਹਨਾਂ ਦੀ, ਉਹ ਕਹਿੰਦੇ ਇਹ 'ਚ ਆਪ ਦਾ ਰੋਲ ਹੈ ਆਮ ਆਦਮੀ ਪਾਰਟੀ ਦਾ ਥੋੜ੍ਹਾ। ਆਮ ਆਦਮੀ ਯਾਰ ਸੁਖਪਾਲ ਖਹਿਰੇ ਨੂੰ ਪੁੱਛੋਗੇ ਤਾਂ ਰਾਣੇ ਦਾ ਕਹਿ ਦੂਗਾ, ਕੋਈ ਬੰਦਾ ਕਹਿ ਦੂਗਾ ਯਾਰ ਉਹਦਾ ਕੈਪਟਨ ਅਮਰਿੰਦਰ ਸਿੰਘ ਨੇ ਲਿਸਟ ਦਿੱਤੀ ਇੱਕ। ਅੱਛਾ ਅੱਛਾ, ਨਹੀਂ ਨਹੀਂ ਇਹ ਵੀ ਚੱਲ ਰਹੀ ਹੈ ਗੱਲ। ਨਹੀਂ ਨਹੀਂ, ਆਪਦਾ ਨਹੀਂ ਜੀ, ਤੁਹਾਡੇ ਹੀ ਆ, ਮੇਰੇ ਖਿਲਾਫ਼ ਬੇਬੁਨਿਆਦ ਅਤੇ ਮਨਘੜਤ ਇਲਜ਼ਾਮ ਲਗਾਉਣ ਲਈ ਕਾਂਗਰਸ ਦੀ ਭੁਲੱਥ ਵਿੱਚ ਚਿੰਤਾ ਕਰਨ ਤੋਂ ਪਹਿਲਾਂ ਦਾਗੀ ਅਤੇ ਸੋਰੀ ਉਹਨਾਂ ਨੇ ਦਾਗੀ ਲਿਖਿਆ ਨਾ ਅਤੇ ਹੰਕਾਰੀ ਵੀ ਲਿਖਿਆ। ਹੰਕਾਰੀ ਇਹ ਹੰਕਾਰੀ ਨਹੀਂ ਜਿਹੜਾ ਮੈਨੂੰ ਕਹਿੰਦਾ ਤੈਨੂੰ ਮੈਂ ਅੰਦਰ ਕਰਾ ਦੇਣਾ, ਤੂੰ ਵੇਟ ਫੋਰ ਟੂ ਡੇਜ਼ ਯੂ ਵਿਲ ਬੀ ਬਿਹਾਈਂਡ ਬਾਰਸ, ਅਤੇ ਆਪ ਅੰਦਰ ਹੈ, ਇਹ ਆਪ ਡਰੱਗ ਦਾ ਪੈਸਾ ਲਿਆ ਤਾਂ ਕਰਪਟ ਮੈਂ ਹਾਂ, ਟੈਂਟਡ ਮੈਂ ਹਾਂ, ਇਹ ਸਾਫ ਸੁਥਰਾ ਅੰਦਰ ਹੈ, ਮੇਰੇ ਖਿਆਲ ਨਾਲ ਰੋਜ਼ ਨਹਾਉਂਦਾ, ਅਸੀਂ ਨਹਾਉਂਦੇ ਨਹੀਂ ਤਾਂ ਸਾਫ ਹੈ। ਗੱਲ ਤਾਂ ਕਰਮਾਂ ਦੀ ਆ ਯਾਰ, ਕਰਮ ਕਿਹੜੇ ਕੀਤੇ ਆ, ਠੂਠਾ ਲੈ ਕੇ ਹਰ ਇਲੈਕਸ਼ਨ ਤੋਂ ਪਹਿਲਾਂ ਵਿਦੇਸ਼ ਜਾਂਦੇ, ਪੈਸੇ ਲੈਂਦੇ ਲੋਕਾਂ ਦੇ, ਰਾਣੇ ਨੂੰ ਲੈ ਕੇ ਦੇ, ਮੈਂ ਬੇਈਮਾਨ ਇਹ ਇਮਾਨਦਾਰ ਨਹੀਂ, ਫਿਰ ਮੈਂ ਤਾਂ ਹੀ ਕਹਿਣਾ ਨਾ ਵੀ ਚਲੋ ਠੀਕ, ਚਲੋ ਕਰਨ ਦਾ ਯਾਰ ਇਹੋ ਜਿਹੇ ਬੰਦੇ ਦਾ, ਇਹੋ ਜਿਹੇ ਬੰਦੇ ਦਾ ਤਾਂ ਮੈਂ ਸਮਝਦਾ ਜ਼ਿਕਰ ਹੀ ਨਹੀਂ ਹੋਣਾ ਚਾਹੀਦਾ, ਸੋਸ਼ਲ ਬਾਈਕਾਟ ਹੋਣਾ ਚਾਹੀਦਾ, ਇਹਨਾਂ ਲੋਕਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ। ਮੈਂ ਦੋ ਵਾਰ ਬੋਲਿਆ, ਇੱਕ ਵਾਰ ਸਰਬਜੀਤ ਇੰਸਪੈਕਟਰ ਜਿਹੜਾ ਤੇਜੀ ਦਾ ਸੀਗਾ ਇੱਥੇ ਲਿਖਾ ਹੋਇਆ ਕਿ ਡਰੱਗ ਪਕਾਉਂਦਾ, ਮੈਂ ਬੋਲਿਆ ਅਤੇ ਤਹਿਲਕਾ ਮੱਚ ਗਿਆ, ਮੈਂ ਕਿਹਾ ਰੇਪ ਦੇ ਝੂਠੇ ਪਰਚੇ ਵੀ ਕਰਦਾ, ਭਾਵੇਂ ਉਹ ਬੀਜੇਪੀ ਦਾ ਬੰਦਾ ਸੀਗਾ, ਲੇਕਿਨ ਯਾਰ ਬੀਜੇਪੀ ਦਾ ਤਾਂ ਅਸੀਂ ਰੇਪ ਦੇ ਪਰਚੇ ਕਰ ਦੇਣੇ ਉਹਦੇ 'ਤੇ, ਹੋਇਆ ਸੁਲਤਾਨਪੁਰ। ਦੂਜੀ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਰਾਜ 'ਚ ਮੈਂ ਇੱਥੇ ਬੋਲਿਆ ਕਿ ਬਈ ਮੈਂ ਸ਼ਿਕਾਇਤ ਕੀਤੀ, ਮੈਂ ਸ਼ਿਕਾਇਤ ਹੁਣ ਵੀ ਕਰਦਾ ਰਹਿੰਦਾ ਕਿ ਆਹ ਡਰੱਗ ਇੱਥੇ ਵਿਕਰੀ, ਕਪੂਰਥਲੇ 'ਚ ਇੱਥੇ ਵਿਕਰੀ, ਉੱਥੇ ਵਿਕਰੀ ਹੈ, ਮੈਂ ਕਰਦਾ, ਅਤੇ ਮੈਂ ਉਸ SSP ਨੂੰ ਕਿਹਾ ਹੁਣ ਨੌਂ ਨਹੀਂ ਲੈਣਾ, ਅਤੇ ਮੈਂ ਪ੍ਰੈਸ ਵਾਲੇ ਬੁਲਾ ਕੇ ਮੈਂ ਦੱਸ ਦਿੱਤਾ ਵੀ ਸਾਡੇ ਡਰੱਗ ਵਿਕਰੀ ਆ ਅਤੇ ਪੁਲਿਸ ਇਨਐਕਟਿਵ ਆ। ਅੱਛਾ, ਅਤੇ ਮਹਾਰਾਜ ਸਾਹਿਬ ਨੇ ਫਿਰ ਉਸ SSP ਨੂੰ ਅਗਲੇ ਦਿਨ ਬਦਲ ਦਿੱਤਾ, ਮੈਂ ਨਹੀਂ ਕਿਹਾ ਬਦਲੋ। ਸੋ ਮੈਂ ਦੋ ਵਾਰੀ ਬੋਲਿਆ ਔਰ ਦੋਨੇ ਵਾਰ ਐਕਸ਼ਨ ਹੋਇਆ, ਉਹਦੇ ਬਾਅਦ ਮੈਂ ਕਦੇ ਕਿਸੇ 'ਤੇ ਸੁਖਪਾਲ 'ਤੇ ਬੋਲਿਆ ਵਾਂ, ਉਹ ਬਹੁਤ ਬੋਲਿਆ, ਮੈਂ ਚੁੱਪ ਹੁੰਦਾ ਰਿਹਾ, ਉਹ ਅੰਦਰ ਚਲੇ ਗਿਆ, ਮੈਂ ਨਹੀਂ ਬੋਲਿਆ। ਉੱਥੇ ਲਾਂਡਰਿੰਗ ਦੀ ਕੇ ਗੱਲ ਹੋਈ, ਮੈਂ ਕਿਹਾ ਯਾਰ ਚਲੋ ਕਿੱਡੀ ਗੱਲ ਆ, ਅਤੇ ਡਰੱਗ ਦਾ ਆਇਆ ਤਾਂ ਮੈਂ ਨਹੀਂ ਚੁੱਪ ਰਹੂੰਗਾ। ਮੈਂ ਤੁਸੀਂ ਜੇ ਡਰੱਗ ਦੇ ਇੱਦਾਂ ਖਿਲਾਫ਼ ਹੋ ਤਾਂ ਫਿਰ ਤੁਹਾਨੂੰ ਇਹ ਕਿਉਂ ਲੱਗਦਾ ਵੀ ਪੰਜਾਬ ਨਸ਼ਾ ਮੁਕਤ ਨਹੀਂ ਹੋ ਸਕਦਾ? ਉਹ ਕਿਉਂ ਨਹੀਂ ਹੋ ਸਕਦਾ ਜਦ ਇੱਦਾਂ ਦੇ ਬੰਦੇ ਰਾਜਨੀਤੀ 'ਚ ਰਹਿਣਗੇ ਕਿੱਦਾਂ ਦੇ, ਅਤੇ ਸੁਖਪਾਲ ਵਰਗੇ? ਅੱਛਾ, ਇਹ ਤਾਂ ਪ੍ਰੂਵਨ ਆ, ਹੱਥ ਕੰਗਣ ਕੋ ਆਰਸੀ ਕਿਹਾ, ਪੜ੍ਹੇ ਲਿਖੇ ਕੋ ਫਾਰਸੀ ਕਿਹਾ, ਯਾਰ ਕੋਰਟ ਦੇ ਵਿੱਚ ਅਗਲੇ ED ਨੇ ਪੇਸ਼ ਕੀਤਾ, ਆਪਾਂ ਫਿਰ ਵੀ ਮੰਨਣ ਨੂੰ ਤਿਆਰ ਨਾ ਹੋਈਏ। ਮੇਰੇ ਵੇਲੇ ਤਾਂ ਮੀਡੀਆ ਨੇ ਬਹੁਤ ਲਿਖਿਆ, ਹੁਣ ਮੀਡੀਆ ਕਿਉਂ ਨਹੀਂ ਲਿਖਦਾ ਬਾਈ, ਲਿਖਦਾ ਹੀ ਨਹੀਂ, ਬੋਲਦਾ ਹੀ ਨਹੀਂ।